ਲਓ ਜੀ, ਸਾਡੇ ਘਰ ਆਏ ਆ ਮਹਿਮਾਨ ਜਲੰਧਰ ਤੋਂ, ਸਾਡੀ ਭੂਆ, ਸਾਡੇ ਵਿਚੋਲੇ ਸਾਹਿਬ। ਕੌਣ ਆਇਆ ਆ? ਸਾਡੇ ਨਾਲ ਹੀ ਭੰਗੜਾ ਪਾਉਣ ਡਿਆ ਪਿਆ। ਹੋਰ ਭੂਆ ਜੀ, ਕੀ ਹਾਲ ਜੀ? ਠੀਕ ਠਾਕ। ਅੱਜ ਕਿੱਦਾਂ ਦਿਲ ਕਰ ਪਿਆ ਹੁੰਦਾ ਇੰਨੇ ਚਿਰਾਂ ਬਾਅਦ? ਠੀਕ ਆ ਠੀਕ ਆ, ਚਲੋ ਵਧੀਆ। ਨਹੀਂ ਨਹੀਂ ਚਾਹੀਦਾ ਫਤਿਹ। ਚੱਲ ਫਤਿਹ, ਤੂੰ ਵੀ ਸਤਿ ਸ਼੍ਰੀ ਅਕਾਲ ਕਰ ਕਰ ਦੇ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਕਰ ਦੇ। ਉੱਧਰ ਕਰੋ, ਉੱਧਰ ਤੁਹਾਡੇ ਵੱਲ ਵੇਖੀ ਜਾਂਦਾ। ਉੱਧਰ ਕਰੋ, ਬੜੀ ਪਹਿਚਾਣ ਹੋ ਗਈ ਇਹਨੂੰ। ਹਾਂ ਬਹੁਤ, ਹੁਣ ਤਾਂ ਦੂਜਾ ਬੰਦਾ ਚੁੱਕੇ ਨਾ, ਰੋਂਦਾ ਆ, ਪਹਿਲਾਂ ਨਹੀਂ ਰੋਂਦਾ ਹੁੰਦਾ। ਹਾਂਜੀ ਹਾਂਜੀ ਭਾਈ, ਹੁਣ ਬੁੱਲ ਕੱਢਣ ਲੱਗਾ। ਨਹੀਂ ਨਹੀਂ ਹੋਸ਼ ਹੁੰਦਾ ਆ। ਕੀ ਕਰਦਾ ਆ ਫਤਿਹ? ਸਾਰੇ ਕਮੈਂਟਾਂ ਵਿੱਚ ਬਹੁਤ ਲਾਈਕ ਕਰਦੇ ਇਹਨੂੰ, ਫਤਿਹ ਨੂੰ। ਕਹਿੰਦੇ ਫਤਿਹ ਦੀ ਕਹਿੰਦੇ ਵੀਡੀਓ ਜ਼ਿਆਦਾ ਬਣਾਇਆ ਕਰੋ। ਕਹਿੰਦੇ ਆਪਣੀ ਵੀਡੀਓ ਘੱਟ, ਇਹਦੀ ਜ਼ਿਆਦਾ ਬਣਾਇਆ ਕਰੋ, ਡੇਲੀ ਵੀਡੀਓ ਪਾਇਆ ਕਰੋ ਫਤਿਹ ਦੀ ਬਣਾ ਕੇ। ਏਦਾਂ ਵਿਆਹ ਦੇ ਵਿੱਚ ਟਾਈਮ ਜਿਹਾ ਨਹੀਂ ਲੱਗਾ, ਹੁਣ ਆਪਾਂ ਫ੍ਰੀ ਹੁਣ ਪਾਇਆ ਕਰਾਂਗੇ ਨਾ। ਆਪਣੀ ਮੰਮੀ ਵੱਲ ਵੇਖ ਕੇ ਬੜਾ ਖੁਸ਼ ਹੁੰਦਾ। ਆਹੋ ਤੁਸੀਂ ਵੀ ਚਾਹ ਪੀਣੀ ਆ? ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ। ਹੋਰ ਕਿੱਦਾਂ, ਸਾਰੇ ਠੀਕ ਠਾਕ ਜੇ? ਆਪਾਂ ਵੀ ਵਧੀਆ ਠੀਕ ਠਾਕ। ਲਓ ਜੀ, ਸਾਡੇ ਕੋਲ ਆਏ ਸੀ ਭੂਈ ਹੋਣੀ ਜਲੰਧਰ ਵਾਲੇ, ਅਤੇ ਆਪਾਂ ਚੱਲੇ ਹਾਂ ਅੱਜ ਵਾਂਡਾ ਵੇਖਣ। ਮੈਂ ਸੋਚਿਆ ਅਤੇ ਉਹ 3 ਦਿਨ ਹੋ ਗਏ, ਚਲੋ ਭੂਆ ਨੂੰ ਘੁਮਾ ਲਿਆਈਏ, ਹੈ ਨਾ ਭੂਆ ਜੀ? ਹੋਰ ਕੀ, ਅਸੀਂ ਅੱਜ ਚੱਲੇ ਹਾਂ ਫਤਿਹ ਦੇ ਨਾਲ ਘੁੰਮਣ, ਘੁੰਮੀਆਂ ਕਰਨ। ਫਤਿਹ ਦੱਸ ਦਿਓ, ਕਹਿ ਅਸੀਂ ਅੱਜ ਘੁੰਮੀਆਂ ਪਾਪਾ ਦੇ ਨਾਲ, ਮੰਮਾ ਦੇ ਨਾਲ ਘੁੰਮੀਆਂ ਕਰਨ ਚੱਲੇ ਹਾਂ। ਚਲੋ ਬੋਲੋ ਹਾਂ, ਕਿੱਥੇ ਚੱਲਿਆ ਮੇਰਾ ਪੁੱਤ? ਵਾਂਡਾ ਵੇਖਣ ਚੱਲਿਆ। ਚਲੋ ਤੁਹਾਨੂੰ ਵੀ ਲੈ ਜਾਂਦੇ ਨਾਲ। ਮੈਨੂੰ ਨੀ ਫੜਦੇ ਤੁਸੀਂ, ਆਹੋ ਹੈਲੋ ਕਰ ਦੋ। ਅਜੇ ਨੀ ਧਿਆਨ ਆ ਜਾ ਖੇਡਣ ਵਾਲਾ। ਸਾਡੇ ਬੀਜੀ ਬੈਠੇ ਤਿਆਰ ਹੋ ਗਏ, ਸਾਡੇ ਨਾਲ ਬੀਜੀ ਚੰਗੇ ਵੇਲਾ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਣਾਈਆਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਸੀਂ ਬੁਲਾਇਆ ਕਰੋ ਨਾ, ਬਾਅਦ ਚ ਗੱਲਾਂ ਕਰਕੇ ਸਤਿ ਸ਼੍ਰੀ ਅਕਾਲ ਕਰਦੀ। ਆਹੋ ਸਾਡੇ ਮੈਡਮ ਆਉਂਦੇ ਉਧਰ ਨੂੰ ਵੀ ਮਾਰ ਕੇ। ਆਜੋ ਮੈਡਮ ਜੀ, ਤੁਹਾਡੀ ਵੇਟ ਆ। ਚਲੋ ਠੀਕ ਆ, ਮੈਂ ਵੀ ਫਿਰ ਚੱਲੇ ਅਸੀਂ। ਹੈਂ ਆਇਓ ਜਾਣਾ ਨਾਲ ਤੇ। ਫਤਿਹ ਨੂੰ ਨਾ ਹੁਣ ਪਤਾ ਲੱਗ ਜਾਂਦਾ ਵੀ ਵਾਂਡੇ ਚੱਲੇ, ਗੱਡੀ ਕੱਢ ਰਹੀ ਹੈ, ਗੱਡੀ ਵਾਲੇ ਵੇਵੇ ਸਹੀ ਜਾਊਗਾ ਕਿ ਮੈਂ ਚੱਲਿਆ ਵਾਂਡੇ। ਕਰ ਦੋ ਕਰ ਦੋ ਬਾਏ ਬਾਏ। ਫਤਿਹ ਨੂੰ ਬਹੁਤ ਕਮੈਂਟ ਆਉਂਦੇ ਕਹਿੰਦੇ ਫਤਿਹ ਦਾ ਵਲੋਗ ਜ਼ਿਆਦਾ ਬਣਾਇਆ ਕਰੋ, ਕਹਿੰਦੇ ਫਤਿਹ ਦਾ ਵਲੋਗ ਜ਼ਿਆਦਾ ਬਣਾਇਆ ਕਰੋ, ਆਪਣੇ ਘੱਟ ਬਣਾਇਆ ਕਰੋ, ਇੰਨਾ ਪਿਆਰ ਕਰਦੇ ਫਤਿਹ ਨੂੰ ਸਾਰੇ ਜਾਣੇ। ਚੱਲੀਏ ਚਲੋ ਚਲੋ ਅੱਜ ਬੀਜੀ ਦੇ ਪੇਕੇ ਜਾਣਾ, ਅੱਜ ਤੇ ਅੱਡੀ ਜਿਹੜੀ ਉੱਚੀ ਉੱਚੀ ਆ ਬੀਜੀ ਦੀ। ਆਹੋ ਪੇਕੇ ਜਾਣਾ ਅੱਜ ਬੀਬੀ ਦੇ। ਗੱਡੀ ਦੇ ਵਿੱਚ ਬਹਿ ਕੇ ਖੁਸ਼ ਹੋ ਜਾਂਦਾ, ਖੇਡ ਜਾਂਦਾ, ਪਤਾ ਲੱਗ ਜਾਂਦਾ ਨਾ ਇਹਨੂੰ ਕਿਤੇ ਚੱਲੇ ਆ। ਆਹੋ ਫਤਿਹ ਨਾ ਇਹਨੇ ਉੱਥੇ ਕੋਈ ਖਾਣਾ ਨਾ ਪੀਣਾ। ਚਲੋ ਠੀਕ ਆ ਫਿਰ, ਬਾਏ।
ਬਾਏ ਬਾਏ ਮੇਰਾ ਮਨ ਕਰਦਾ ਵੀ ਨਾਲ ਬਹਿ ਜਾਂਦਾ ਆ ਜਾਓ ਨਹੀਂ ਚਲੋ ਠੀਕ ਹੈ ਜੀ ਬਾਏ ਬਾਏ ਚੱਲੀਏ ਫਿਰ ਚਲੋ ਹਾਂਜੀ ਓਕੇ ਬਾਏ ਬਾਏ ਪਤਾ ਕਿੱਥੇ ਚੱਲਾਂ ਸਿੱਧਾ ਆ ਗਿਆ ਕਿਹਾ सैड जी दे खूह ते रहिंदे आ बहुत वधिया मौसम इत्थे है ना लोकेशन बहुत सोहनी आई है ना ए लागे कोई हां छोटे चाचा जी छोटे चाचा जी का मेनू जिदा कदी आए कहन डिया मेनू इदा लगे सोचदा दिमाग की जमीन रेतली होनी आ पर नहीं सोहनी जमीन जमीन आ हना ਵਧੀਆ ਵਾ ਕਿੱਡੀ ਉਹ ਕਣਕ ਭਾਰੀ ਆ ਕਮਾਦ ਗੰਨਾ ਉਦਾਂ ਦਰਿਆ ਵੱਲ ਨੂੰ ਆ ਮਤਲਬ ਹਾਂ ਹਾਂ ਥੱਲੇ ਨੂੰ ਆ ਗਈ ਆ ਮਤਲਬ ਬੇਟ ਵਿੱਚ ਜਿੱਦਾਂ ਕਹ ਲੋ ਤੇ ਉਦਾਂ ਇਹ ਆ ਵੀ ਜ਼ਮੀਨ ਸਹੀ ਆ ਸੋ ਨਹੀਂ ਨਹੀਂ ਵਧੀਆ ਬਹੁਤ ਵਧੀਆ ਆ ਵਧੀਆ ਲੱਗਾ ਆ ਕੇ ਕੰਡੇ ਇੰਜੋਏ ਭੁਈ ਐਂਡ ਰਾਜਵਿੰਦਰ ਹਮ ਫਿਰ ਕੇ ਵੇਖਣ ਦੇ ਆ ਰਾਣੀ ਰਿਆੜ ਹੋਣਾ ਦੀ ਸਾਡਾ ਲੈਣ ਡਿਆ ਹੂਟੇ ਨਿਕੇ ਜੇ ਪੰਗੂੜੇ ਦੇ ਹੂਟੇ ਲੈਣ ਡਿਆ ਨਹੀਂ ਡਿੱਗਦਾ